एक बार रिश्ते हुए फिर तार तार, भतीजे ने साथी नाल मिलके फुफड़ दा कीता कतल। फुफड़ ने भतीजे अगे पत्नी लई रखी सी गलत डिमांड। जिला फतेहगढ़ साहब तो वड्डी खबर सामने आ रही है कि फतेहगढ़ साहब अधीन पेंदे पिंड सैदपुर विखे एक नौजवान लड़के गुरजीत सिंह वासी हरपालपुरा ने अपने साथी नाल मिलके फुफड़ सुरेंद्र सिंह शिंदा दे गल च वार करके उसका कतल कर दिता है। दस्या जा रहा है कि फुफड़ भतीजे की पत्नी उपर गलत नज़र रखता सी। इस संबंधी फतेहगढ़ साहब की SSP डॉक्टर रवजोत कौर गरेवाल ने दस्या कि भतीजा गुरजीत सिंह अपने साथी नाल फुफड़ पिंड सैदपुर गया सी, जिथे उन्हां तिन्हां ने बैठ के शराब पीती। इस दौरान गुरजीत सिंह ने फुफड़ कोलों अपनी पत्नी के इलाज लई पैसे मंगे, तो फुफड़ ने पत्नी नूं लै के गलत डिमांड रखती, जिस विच गुरजीत सिंह ने गुस्से च आ के अपने साथी नाल मिल के फुफड़ के गले च चाकू नाल वार कर दिता। आओ तुहानूं सुणाउंदे हां कि क्या SSP ने ਇਹ ਕੇਸ ਸੁਰਿੰਦਰ ਸਿੰਘ ਛਿੰਦੇ ਦੇ ਮਰਡਰ ਦਾ ਸੀਗਾ, ਜੋ ਕਿ ਇੱਕ 55 ਸਾਲ ਦੇ ਸੈਦਪੁਰੇ ਦੇ ਰਹਿਣ ਵਾਲੇ ਵਿਅਕਤੀ ਸੀਗੇ। ਇਸ ਕੇਸ ਦੇ ਵਿੱਚ ਇਸ ਤਰੀਕੇ ਨਾਲ ਹੋਇਆ ਸੀਗਾ ਕਿ 28/7 ਨੂੰ 11 ਵਜੇ ਪੁੱਛੜੇ ਪਿੰਡ ਦੇ ਵਿੱਚ, ਜਿਹੜਾ ਕਿ ਬਿਰਧ ਆਸ਼ਰਮ ਹੈ, ਉੱਥੇ ਇਹ ਜੋ ਕਿ ਗੁਰਜੀਤ ਸਿੰਘ ਅਤੇ ਸੁਖਵੀਰ ਸਿੰਘ ਉਹਨਾਂ ਦੇ ਨਾਲ ਉੱਥੇ ਪਹੁੰਚੇ। ਇਹ ਗੁਰਜੀਤ ਸਿੰਘ ਦੇ ਰਿਸ਼ਤੇ 'ਚ ਜਿਹੜੇ ਮ੍ਰਿਤਕ ਸੀਗੇ ਫੁੱਫੜ ਲੱਗਦੇ ਸੀਗੇ। ਇਹਨਾਂ ਨੇ ਉੱਥੇ 11 ਵਜੇ ਦੇ ਤਕਰੀਬਨ ਉੱਥੇ ਇਹ ਮਿਲੇ ਨੇ, ਅਤੇ ਸੁਖਬੀਰ ਸਿੰਘ ਦੀ ਅਤੇ ਜਿਹੜੇ ਮਰਨ ਵਾਲੇ ਸੀਗੇ ਉਹਨਾਂ ਨੇ ਡਰਿੰਕ ਕੀਤੀ ਹੋਈ ਸੀਗੀ। ਅਤੇ ਉੱਥੇ ਪਹਿਲਾਂ ਇਹਨਾਂ ਦੀ ਗੁਰਜੀਤ ਸਿੰਘ ਨੇ ਪੈਸਿਆਂ ਦੀ ਡਿਮਾਂਡ ਕੀਤੀ ਸੀ, ਕਿਉਂਕਿ ਉਹ ਆਪਣੀ ਵਾਈਫ ਦਾ ਇਲਾਜ ਕਰਾਉਣਾ ਚਾਹੁੰਦਾ ਸੀਗਾ। ਅਤੇ ਜਿਹੜੇ ਸੁਰਿੰਦਰ ਸਿੰਘ ਛਿੰਦਾ ਸੀਗੇ ਉਹਨਾਂ ਨੇ ਇੱਕ ਗਲਤ ਡਿਮਾਂਡ ਜਿਹੜੀ ਹੈ ਉਹਨਾਂ ਦੇ ਵਾਈਫ ਦੇ ਲਈ ਰੱਖੀ, ਜਿਸ ਗੱਲ 'ਤੇ ਇਹਨਾਂ ਦੀ ਕਹਾ ਸੁਣੀ ਹੋ ਗਈ। ਮੌਕੇ 'ਤੇ ਗੁਰਜੀਤ ਸਿੰਘ ਐਂਡ ਸੁਖਬੀਰ ਸਿੰਘ ਜਿਹੜੇ ਪ੍ਰੈਜੈਂਟ ਸੀਗੇ ਉਹਨਾਂ ਨੇ ਮਰਨ ਵਾਲੇ ਜਿਹੜੇ ਮ੍ਰਿਤਕ ਸੀਗੇ ਉਹਨਾਂ ਨੂੰ ਇੱਕ ਤੇਜ਼ ਧਾਰ ਹਥਿਆਰ ਨਾਲ ਅਟੈਕ ਕੀਤਾ। ਅਤੇ ਜਿਹੜੇ ਗੁਰਜੀਤ ਸਿੰਘ ਸੀ ਉਹਨਾਂ ਨੇ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਰਿਕਵਰ ਕੀਤਾ ਵੈਪਨ, ਇੱਕ ਤੇਜ਼ਧਾਰ ਵੈਪਨ ਜਿਹੜਾ ਕਿ ਉਹ ਆਪਣੇ ਘਰੋਂ ਨਾਲ ਲੈ ਕੇ ਆਏ ਸੀ, ਉਹਦੇ ਨਾਲ ਗਰਦਨ 'ਤੇ ਅਟੈਕ ਕੀਤਾ ਸੁਰਿੰਦਰ ਸਿੰਘ ਛਿੰਦਾ ਦੇ, ਅਤੇ ਉਸ ਤੋਂ ਬਾਅਦ ਸਿਰ 'ਤੇ ਵੀ ਅਟੈਕ ਕੀਤਾ। ਅਤੇ ਉਸ ਤੋਂ ਬਾਅਦ ਇਹਨਾਂ ਨੂੰ ਕੁਛ ਸਮੇਂ ਬਾਅਦ ਹੋਸਪਿਟਲ ਲੈ ਕੇ ਆਏ, ਅਤੇ ਉਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਗਏ। ਇਸ ਕੇਸ ਦੇ ਵਿੱਚ 29 ਤਰੀਕ ਨੂੰ ਗੁਰਜੀਤ ਸਿੰਘ ਦੀ ਅਰੈਸਟ ਪਈ ਹੈ ਅਤੇ 30 ਤਰੀਕ ਨੂੰ ਸੁਖਬੀਰ ਸਿੰਘ ਦੀ ਅਰੈਸਟ ਪਈ ਹੈ।